ਕੀ ਹਾਲ ਹੁੰਦਾ, ਉਹ ਨੌਜਵਾਨ ਮੁੰਡਾ ਮਾਰਤਾ ਜਿਹਦੀ ਮਾਵਾਂ ਦੇ ਪੁੱਤ ਮਰ ਜਾਂਦੇ ਆ, ਉਹਨਾਂ ਨੂੰ ਪਤਾ ਇਹਨਾਂ ਨੂੰ ਕੀ ਆ, ਇਹ ਤਾਂ ਜਾ ਕੇ ਦਿੱਲੀ ਦੇ ਦੱਲੇ ਬਣ ਜਾਂਦੇ ਆ, ਉੱਥੇ ਦਿੱਲੀ ਦੀ ਗੱਲ ਹੀ ਕਰਦੇ ਆ ਸਾਰੇ। ਇੱਕੋ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਆ ਜੋ ਪੰਜਾਬ ਬਾਰੇ ਸੋਚਦਾ। ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਸਾਡੇ ਪਾਰਟੀ ਦਾ ਸੰਦੇਸ਼ ਸੀ ਵੀ ਰੇਲਾਂ ਰੋਕਣੀਆਂ, ਜੋ ਦਿਵੜੂਗੜ੍ਹ ਜੇਲ੍ਹ ਦੇ ਵਿੱਚ ਆਪਾਂ ਜੀ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਉੱਥੇ ਬਿਨਾਂ ਵਜ੍ਹਾ ਤੋਂ NSA ਲਾਈ ਆ, ਕਿਉਂਕਿ ਪੰਜਾਬ ਦੇ ਵਿੱਚ ਐਂ ਲੱਗਦਾ ਵੀ ਕੋਈ ਰਾਜ ਹੀ ਹੈ ਨਹੀਂ ਗਾ, ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਵਾਲੀ ਵਾਰਸ ਹੀ ਹੈ ਨਹੀਂ ਗਾ, ਜਿਹਨੂੰ ਜੀ ਕਰਦਾ ਫੜ ਕੇ ਲੈ ਜਾਂਦੇ ਆ, ਜੇ ਕੋਈ ਮਾੜਾ ਜਿਹਾ ਵੀ ਭਗਵੰਤ ਮਾਨ ਦੇ ਖਿਲਾਫ਼ ਵੀ ਬੋਲਦਾ ਉਹ 'ਤੇ ਵੀ ਚੱਕ ਕੇ ਪਰਚਾ ਦੇ ਦਿੰਦੇ ਆ। ਇਸ ਕਰਕੇ ਵੀ ਪੰਜਾਬ ਦੇ ਜਿਹੜੇ ਆਪਣੇ ਹਿੱਤ ਆ ਉਹ ਮਾਰੀ ਜਾਂਦੇ ਆ, ਅਤੇ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਦਿੰਦਾ। ਇੱਕ ਮਾਨ ਸਾਹਿਬ ਆ ਜਿਹੜੇ ਵਿਚਾਰੇ 40 ਸਾਲ ਤੋਂ ਲੜੀ ਜਾਂਦੇ ਆ, ਪੰਜਾਬ ਦੇ ਮੁੱਦੇ ਚੱਕਦੇ ਆ, ਹੋਰ ਸਾਰੇ ਦੂਜੇ ਦਿੱਲੀ ਦੇ ਨਾਲ ਰਲ ਚੁੱਕੇ ਆ, ਪੰਜਾਬ ਦਾ ਕੋਈ ਵਾਲੀ ਵਾਰਸ ਹੋਰ ਹੈ ਨਹੀਂ ਗਾ। ਇਸ ਕਰਕੇ ਜਦੋਂ ਜੀ ਕਰਦਾ ਕਿਹਨੂੰ ਜੀ ਕਰਦਾ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਆ। ਸਾਡੇ 40-40 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ, ਕੋਈ ਸੁਣਵਾਈ ਨਹੀਂ। ਉਹ ਸਰਸੇ ਵਾਲਾ ਸਾਧ ਜਨਾਨੀਆਂ ਦਾ ਯਾਰ, ਉਹਨੂੰ 3 ਮਹੀਨੇ ਛੁੱਟੀ ਦੇ ਦਿੰਦੇ ਆ, ਅਤੇ ਇੱਥੇ ਆਪਣਾ ਜਿਹੜੇ ਪੰਜਾਬ ਲਈ ਲੜੇ, ਪੰਜਾਬ ਦੇ ਹਿੱਤਾਂ ਲਈ ਲੜੇ, ਜਾਂ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਖਤਮ ਕਰ ਰਹੇ ਸੀ ਉਹਨਾਂ ਨੂੰ ਸਿੱਖ ਸੰਵਿਧਾਨ ਦੇ ਨਾਲ ਪਾਸੇ ਕੀਤਾ, ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਵੀ ਨਹੀਂ ਝਾਕਣ ਦਿੰਦੇ, ਛੁੱਟੀ ਤਾਂ ਦੂਰ ਦੀ ਗੱਲ। ਇਸ ਕਰਕੇ ਵੀ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਆ ਦਿਨੋਂ ਦਿਨ ਮਾੜੇ ਹੁੰਦੇ ਜਾਂਦੇ ਆ। ਕਿਉਂ ਮੈਂ ਮੀਡੀਆ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਸੱਚ ਦਾ ਸਾਥ ਦਿਆ ਕਰੋ, ਜਿਹੜੀ ਸੱਚੀ ਖਬਰ ਹੁੰਦੀ ਆ ਉਹਨੂੰ ਪੂਰੀ ਵਾਇਰਲ ਕਰਿਆ ਕਰੋ, ਕਿਉਂਕਿ ਮੋਦੀ ਨੇ ਸਾਰਾ ਮੀਡੀਆ ਖਰੀਦ ਚੁੱਕਿਆ। ਮੋਦੀ ਆਪਾਂ ਨੂੰ ਪਤਾ ਹੀ ਆ, ਹਰੇਕ ਥਾਂ ਜਿਹੜੀ ਮੋਦੀ ਦੀ ਗੱਲ ਹੁੰਦੀ ਉਹੀ ਚੱਲਦੀ ਆ, ਸੱਚੀ ਗੱਲ ਕੋਈ ਨਹੀਂ ਚੱਲਦੀ। ਅੰਮ੍ਰਿਤਪਾਲ ਕੀ, ਹਾਂ ਅਸੀਂ ਤਿਆਰੀ ਆ, ਟ੍ਰੇਨਾਂ ਦੇ ਟਰੈਕ ਰੋਕਦੇ ਹਾਂ ਜੀ, ਜੋ ਸਾਡਾ ਹੁਕਮ ਆ ਉੱਤੋਂ ਪਾਰਟੀ ਦੇ ਅਸੀਂ ਉਹ ਕਰਾਂਗੇ, ਗਾਂਹ ਪ੍ਰਸ਼ਾਸਨ ਨੇ ਜੋ ਕਰਨਾ ਉਹ ਆਪਦਾ ਉਹ ਕਰਨਗੇ, ਪਰ ਅਸੀਂ ਆਪਦੀ ਤਿਆਰੀ 'ਚ ਹੁਣ ਜਾਂਦੇ ਹਾਂ। ਸਿੰਘ ਇਕੱਠੇ ਹੋ ਗਏ, ਹੋਰ ਸਿੰਘ ਆਈ ਜਾਂਦੇ ਆ, ਅਸੀਂ ਬਸ ਬਹਿੰਦੇ ਹਾਂ ਰੇਲ 'ਤੇ, ਗਾਂਹ ਜੋ ਪ੍ਰਸ਼ਾਸਨ ਨੇ ਕਰਨਾ ਉਹ ਸਾਨੂੰ ਪਤਾ ਹੀ ਆ ਜੋ ਕਰਨਾ, ਕਿਉਂਕਿ ਅੱਜ ਅਸੀਂ ਪੰਜਾਬ ਤੌਰ 'ਤੇ ਆਦੇਸ਼ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਟੀ ਹਾਈਕਮਾਂਡ ਦੇ ਹੁਕਮ ਅਨੁਸਾਰ ਰੇਲਵੇ ਰੋਕ ਰਹੇ ਹਾਂ। ਇਹ ਕਿਉਂ ਰੋਕ ਰਹੇ ਹਾਂ, ਕਿਉਂਕਿ ਪੰਜਾਬ ਦੇ ਵਿੱਚ NSA ਜਿਹਨੇ ਜਵਾਨ ਦੇ ਲਾਈ ਹੈ ਉਹ ਸ਼ਾਮ ਦੇ ਵਿੱਚ ਬੰਦ ਹੈ। ਅਸੀਂ ਚਾਹੁੰਦੇ ਹਾਂ ਵੀ ਨੇੜੇ ਲਿਆਓ, ਉਹਦੇ ਨਾਲ ਉਹਨਾਂ ਦਾ ਸਾਲ ਹੋ ਗਿਆ, ਉਹਨਾਂ ਨੂੰ ਇੱਥੇ ਛੱਡੋ, ਇਹ ਸਾਡੀ ਮੰਗ ਹੈ। ਦੂਜਾ, ਜੋ ਪੰਜਾਬ 'ਚ ਧੱਕਾ ਹੋ ਰਿਹਾ ਹੈ, ਕਿਸਾਨਾਂ ਧੱਕਾ ਹੋ ਰਿਹਾ ਹੈ, ਉਹਦੇ ਵੀ ਖਿਲਾਫ ਹਾਂ ਅਸੀਂ। ਥਾਂ ਥਾਂ ਨੌਜਵਾਨ ਸਾਡੇ ਮਾਰੇ ਜਾ ਰਹੇ ਹੈ, ਕੋਈ ਸੁਣਾਈ ਨਹੀਂ ਹੋ ਰਹੀ। 1 ਕਰੋੜ ਰੁਪਈਆ ਦੇ ਕੇ ਕਹਿੰਦੇ ਜੀ ਤੁਹਾਨੂੰ ਘਰ ਨੂੰ ਨੌਕਰੀ ਦਿੱਤੀ, ਜਿਵੇਂ ਬੰਦਾ ਵਾਪਸ ਕਰ ਦਿੰਦਾ ਹੁੰਦਾ। ਇਹ ਗੱਲਾਂ ਇਸ ਗੱਲਾਂ ਨੂੰ ਤੰਗ ਹੋ ਕੇ ਸਾਡੀ ਹਾਈਕਮਾਂਡ ਨੇ ਜਿਹੜਾ ਫੈਸਲਾ ਲੈ ਲਿਆ ਵੀ ਅਸੀਂ ਅੱਜ ਰੇਲਵੇ ਲਾਈਨ ਕ੍ਰੋਸ ਕਰ ਰਹੇ ਹਾਂ, ਉਹਦੇ ਬੈਠਾਂਗੇ ਅਸੀਂ 3 ਵਜੇ ਤੱਕ। ਅਸੀਂ ਤਾਂ ਤਿਆਰ ਹਾਂ, ਨਾ ਬੈਠਣ ਦਿੰਦਾ ਪ੍ਰਸ਼ਾਸਨ ਤਿਆਰ ਹੈ, ਇਹ ਉਹਨਾਂ ਦੀ ਮਰਜ਼ੀ ਹੈ, ਪਰ ਸਾਨੂੰ ਇਹ ਸਲਾਹ ਮਿਲੀ ਹੈ ਵੀ ਸਾਨੂੰ ਬੈਠਣ ਨਹੀਂ ਦੇਣਾ ਗਾ। ਹਾਂਜੀ ਬੋਲੋ।